ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ ਬਹੁਤ ਉਜਲੇ ਭਾਗ ਵੱਡੇ ਭਾਗ ਆਪ ਸਭ ਸੰਗਤਾਂ ਦੇ ਹਰ ਹਫ਼ਤੇ ਆਪ ਇਸੇ ਤਰ੍ਹਾਂ ਸਤਿਕਾਰ ਨਾਲ ਪਿਆਰ ਦੇ ਨਾਲ ਗੁਰਬਾਣੀ ਕੀਰਤਨ ਗੁਰਮਤਿ ਵਿਚਾਰਾਂ ਸ਼੍ਰਵਣ ਕਰਦੇ ਹੋ। ਬਹੁਤ ਵਾਰ ਇਸੇ ਹੀ ਪ੍ਰਕਰਨ ਉੱਤੇ ਇਸੇ ਹੀ ਸਬਜੈਕਟ ਉੱਤੇ ਕਥਾ ਹੁੰਦੀ ਹੈ ਕਿ ਸਾਡਾ ਸਾਡੇ ਗੁਰੂ ਨਾਲ ਕਿੰਨਾ ਗੂੰਢਾ ਰਿਸ਼ਤਾ ਪਿਆਰ ਹੋਣਾ ਚਾਹੀਦਾ। ਗੁਰੂ ਕਾ ਦਰਸ਼ਨ ਦੇਖ ਦੇਖ ਜੀਵਨ, ਇਹ ਜਿਹੜਾ ਦਰਸ਼ਨ ਲਿਖਿਆ ਹੋਇਆ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਨੰਨੇ ਥੱਲੇ ਔਂਕੜ ਲਾਇਆ। ਇੱਕ ਹੁੰਦਾ ਸਾਹਮਣੇ ਤੱਕ ਲੈਣਾ, ਕਿਸੇ ਨੂੰ ਵੇਖ ਲੈਣਾ, ਤੇ ਜਿਹੜਾ ਇੱਥੇ ਗੁਰਬਾਣੀ ਵਿੱਚ ਦਰਸ਼ਨ ਹੈ ਇਹਦਾ ਕੋਈ ਖਾਸ ਮਹੱਤਵ ਹੈ ਕਿ ਕੇਵਲ ਦੇਖਣ ਤੱਕ ਹੀ ਸੀਮਤ ਹੈ? ਸਿੱਖ ਗੁਰੂ ਨੂੰ ਭਜਾ, ਗੁਰੂ ਕੀ ਮੱਤ ਵੀ ਆਪਾਂ ਨੇ ਹਾਸਲ ਕਰਾਂ। ਇਸੇ ਕਰਕੇ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਬਹੁਤ ਸਾਰੀ ਗ੍ਰਾਮਰ ਵਿਆਕਰਨ ਵਰਤੀ ਹੈ ਤਾਂ ਕਿ ਇਹਦੇ ਜਿਹੜੇ ਗੁੱਝੇ ਭੇਦ ਨੇ ਸਿੱਖ ਨੂੰ ਸਮਝ ਆ ਸਕਣ। ਸਤਿਗੁਰੂ ਜੀ ਦੇ ਪਾਵਨ ਬਚਨ ਹਨ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਜਿੱਠ ਮੁਕਤ ਨਾ ਹੋਵੇ ਜਿੱਠਰ ਸ਼ਬਦ ਨਾ ਕਰੇ ਵਿਚਾਰ। ਤੇ ਸਾਡਾ ਗੁਰੂ ਜੋ ਇਸ ਵੇਲੇ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਸ਼ਬਦਾਂ ਦਾ ਭੰਡਾਰ। ਜਦੋਂ ਤੱਕ ਸਿੱਖ ਸ਼ਬਦ ਨਾਲ ਨਹੀਂ ਜੁੜਦਾ, ਸ਼ਬਦ ਦੀ ਵਿਚਾਰ ਹਿਰਦੇ ਵਿੱਚ ਨਹੀਂ ਰੱਖਦਾ, ਉਦੋਂ ਤੱਕ ਗੁਰੂ ਦਾ ਦਰਸ਼ਨ ਪੂਰਨ ਤੌਰ ਤੇ ਨਹੀਂ ਸਾਨੂੰ ਹੁੰਦਾ। ਆਪਾਂ ਇਹਨੂੰ ਖੋਲਣ ਦੀ ਕੋਸ਼ਿਸ਼ ਏਦਾਂ ਕਰਨੀ ਹੈ ਕਿ ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਦਾਨਾ। ਜਦੋਂ ਤੱਕ ਖਜ਼ਾਨਾ ਆਪਾਂ ਖੋਲਦੇ ਨਹੀਂ ਉਦੋਂ ਤੱਕ ਸਾਡੇ ਪਾਸ ਚਾਹੇ ਕਿੰਨੇ ਵੀ ਕੀਮਤੀ ਪਦਾਰਥ ਹੋਣ ਪਰ ਉਹ ਗਰੀਬੀ ਉਸੇ ਤਰ੍ਹਾਂ ਬਣੀ ਰਹਿੰਦੀ। ਜਦੋਂ ਤੱਕ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਵਿਚਾਰਦਾ ਨਹੀਂ ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਜਿਹੜੇ ਨੇ ਅਧੂਰੇ ਰਹਿੰਦੇ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ, ਤਿਸ ਗੁਰ ਕੋ ਸਿਮਰੋ ਸਾਸ ਸਾਸ। ਮੈਂ ਆਪਣੇ ਗੁਰੂ ਨੂੰ ਹਰ ਸਵਾਸ ਦੇ ਨਾਲ ਯਾਦ ਕਰਾਂ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਗੁਰੂ ਨਾਲ ਸਿੱਖ ਦਾ ਜਿਹੜਾ ਪਿਆਰ ਹੈ ਇੰਨਾ ਪੀੜਾ ਹੁੰਦਾ ਹੈ ਗੂੜਾ ਹੁੰਦਾ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ। ਸਿੱਖ ਆਪਣੇ ਆਪ ਨੂੰ ਸਮਰਪਿਤ ਕਰ ਦਿੰਦਾ ਗੁਰੂ ਦੇ, ਤੇ ਜਦੋਂ ਸਿੱਖ ਸਮਰਪਿਤ ਹੋ ਜਾਂਦਾ ਗੁਰੂ ਦੇ ਤੇ ਗੁਰੂ ਇੰਨੀ ਫਿਰ ਬਖਸ਼ਿਸ਼ ਕਰ ਦਿੰਦਾ ਹੈ, ਰਹਿਮਤ ਕਰ ਦਿੰਦਾ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਦੂਜਾ ਧਨ ਤੇ ਸਾਡੇ ਕੋਲ ਹੈ ਹੀ, ਉਹ ਤੇ ਬਖਸ਼ਿਸ਼ ਹੈ ਅਕਾਲ ਪੁਰਖ ਦੀ। ਗੁਰੂ ਫਿਰ ਰਹਿਮਤ ਕਰਕੇ ਸਾਨੂੰ ਨਾਮ ਦਾ ਧਨ ਵੀ ਦੇ ਦਿੰਦਾ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ। ਤੇ ਐਸਾ ਧਨ ਜਿਹੜਾ ਆਪਾਂ ਪਾ ਲਈਏ ਉਹ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਇਹ ਧਨ ਅਖੁੱਟ ਨਾ ਨਿਖੁੱਟ ਨਾ ਜਾਏ, ਪੂਰੇ ਸਤਿਗੁਰ ਦੀਆ ਬੁਝਾਏ। ਤੇ ਉਹ ਧਨ ਪ੍ਰਾਪਤ ਕਰਨ ਵਾਸਤੇ ਜੋ ਆਪਾਂ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ, ਜੋ ਪ੍ਰਭ ਕੋ ਮਿਲੋ ਚਾਹੈ ਖੋਜ ਸ਼ਬਦ ਮਿਲੇ, ਜਿਹੜਾ ਪ੍ਰਭੂ ਨਾਲ ਮਿਲਣਾ ਚਾਹੁੰਦਾ ਹੈ, ਜਿਹੜਾ ਗੁਰੂ ਦੇ ਪ੍ਰਤੱਖ ਦਰਸ਼ਨ ਕਰਨਾ ਚਾਹੁੰਦਾ ਹੈ, ਉਹ ਸ਼ਬਦ ਦੀ ਵਿਚਾਰ ਨਾਲ ਜੁੜੇ।
ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਡੇ ਤੇ ਬਖਸ਼ਿਸ਼ ਕਰ ਰਹੇ ਹਨ। ਆਪਣੇ ਸਿੱਖ ਜਿਹੜੇ ਹਨ ਧੰਨ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਬਖਸ਼ਿਸ਼ ਕਰਦੇ ਨੇ ਕਿ ਸਿੱਖ ਇੰਨਾ ਜ਼ਿਆਦਾ ਸਤਿਕਾਰ ਅਤੇ ਪਿਆਰ ਆਪਣੇ ਗੁਰੂ ਦਾ ਕਰਦਾ ਹੈ ਕਿ ਉਹਨੂੰ ਏਦਾਂ ਲੱਗਦਾ ਹੈ ਕਿ ਜੋ ਇੱਕ ਸਵਾਸ ਵੀ ਥੋੜਾ ਸਮਾਂ ਵੀ ਗੁਰੂ ਦੀ ਯਾਦ ਤੋਂ ਬਿਨਾਂ ਮੇਰਾ ਗੁਜ਼ਰੇ ਉਹ ਅਜਾ ਹੀ ਜਾਂਦਾ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ, ਮੋਇ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਸ਼ਾਰੇ। ਸਿੱਖ ਨੂੰ ਜਦੋਂ ਇੰਨਾ ਜ਼ਿਆਦਾ ਸਤਿਗੁਰੂ ਜੀ ਪਿਆਰ ਕਰਦੇ ਨੇ ਬਖਸ਼ਿਸ਼ ਕਰਦੇ ਨੇ ਤੇ ਫਿਰ ਧੰਨ ਗੁਰ ਕਲਗੀਧਰ ਪਾਤਸ਼ਾਹ ਜੀ ਹੋਰ ਸਾਡੇ ਤੇ ਰਹਿਮਤ ਕਰ ਦਿੰਦੇ ਨੇ। ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਯੁੱਧ ਜਿੰਦੇ ਇਨਹੀ ਕੇ ਪ੍ਰਸਾਦ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਬਣੇ। ਇਹ ਗੁਰੂ ਨੇ ਆਪਣੇ ਸਿੱਖ ਨੂੰ ਬਖਸ਼ਿਸ਼ਾਂ ਕੀਤੀਆਂ ਹਨ, ਸਾਡੀ ਝੋਲੀ ਵਿਚ ਇਹ ਸਤਿਕਾਰ ਪਾਇਆ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਐਸੇ ਗੁਰ ਕੋ ਬਲ ਵਲ ਜਾਈਏ ਆਪ ਮੁਕਤ ਮੋਹਿ ਤਾਰੈ। ਤੋ ਸਤਿਗੁਰ ਪਾਤਸ਼ਾਹ ਜੀ ਕਹਿ ਰਹੇ ਨੇ ਗੁਰ ਕੀ ਰੇਨ ਨਿਤ ਮਜਨ ਕਰੋ, ਮੇਰਾ ਇਸ਼ਨਾਨ ਵੀ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੀ ਰੇਨ ਦੁਆਰਾ ਹੋਵੇ, ਭਾਵ ਸਾਧ ਸੰਗ ਦੀ ਧੂੜ ਅਨੁਸਾਰ ਤੇ ਜਨਮ ਜਨਮ ਕੀ ਹੋਮੈ ਮਲ ਹਰੋ। ਮਨ ਨੂੰ ਜਿਹੜੀ ਲੱਗੀ ਹੋਈ ਹੋਮੈ ਦੀ ਅਹੰਕਾਰ ਦੀ ਮੈਲ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖੰਡੜੀ ਧੋਤੀ ਉਜਰੀ ਨਾ ਹੋਵੀ ਜੇ ਸੋ ਧੋਵਣ ਪਾਵ। ਤੇ ਇਹਨੂੰ ਧੋਣ ਦਾ ਤਰੀਕਾ ਧੰਨ ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਭਰੀਏ ਮਤ ਪਾਪਾ ਕੇ ਸੰਗ ਉਹ ਧੋਤਾ ਨਾਵੈ ਕੇ ਰੰਗ। ਉਹ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿ ਰਹੇ ਹਨ ਜਨਮ ਜਨਮ ਕੀ ਹੋਮੈ ਮਲ ਹਰੋ, ਕੇਵਲ ਇਸ਼ਨਾਨ ਸਰੀਰ ਨਾ ਹੋਵੇ ਗੁਰੂ ਪਾਤਸ਼ਾਹ ਜੀ ਦੇ ਇਸ ਪਵਿੱਤਰ ਵਿਚਾਰਾਂ ਨਾਲ ਆਤਮਕ ਤੌਰ ਤੇ ਵੀ ਇਸ਼ਨਾਨ ਕਰਕੇ ਜਨਮਾਂ ਜਨਮਾਂ ਦੀ ਲੱਗੀ ਹੋਈ ਜਿਹੜੀ ਮੈਲ ਏ ਉਹ ਵੀ ਉਤਰ ਜਾਵੇ ਤੇ ਮਨ ਜਿਹੜਾ ਆਤਮਾ ਪਵਿੱਤਰ ਹੋ ਜਾਵੇ। ਇਸ ਗੁਰ ਕੋ ਚੁਲਾਵੋ ਪਾਕਾ ਮਹਾ ਅਗਣ ਦੇ ਹੱਥ ਤੇ ਰੱਖ, ਉਸ ਗੁਰੂ ਨੂੰ ਉਸ ਗੁਰੂ ਕੀ ਸੰਗਤ ਦੀ ਸੇਵਾ ਪੱਕਾ ਚੜਾ ਕੇ ਕੀਤੀ ਜਾਵੇ ਜਿਹਨੇ ਸਾਨੂੰ ਇਸ ਮਹਾ ਅਗਣ ਤੋਂ ਮਾਇਆ ਰੂਪੀ ਤ੍ਰਿਸ਼ਨਾ ਤੋਂ ਬਚਾ ਕੇ ਰੱਖਿਆ। ਇਸ ਗੁਰ ਕੇ ਗ੍ਰਹਿ ਢੋਵੋ ਬਾਣੀ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਗੁਰੂ ਦਰਬਾਰ ਵਿੱਚ ਜਾ ਕੇ ਸੰਗਤ ਦੀ ਲੰਗਰ ਦੀ ਸੇਵਾ ਕਰੀਏ ਪਾਣੀ ਦੀ ਪੱਖੇ ਦੀ, ਕਿਉਂਕਿ ਇਸੇ ਗੁਰੂ ਤੋਂ ਜਿਸ ਗੁਰ ਤੇ ਅਕਲ ਗੱਤ ਜਾਣੀ, ਜਿਸ ਗੁਰੂ ਤੋਂ ਸਾਨੂੰ ਬਹੁਤ ਸਾਰੀ ਸੁਮਤ ਮਿਲੀ ਏ, ਬਹੁਤ ਸਾਰੀ ਬਖਸ਼ਿਸ਼ ਹੋਈ ਸਾਡੇ ਤੇ, ਐਸੇ ਗੁਰੂ ਤੋਂ ਇੱਕ ਵਾਰ ਨੀ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਐਸੇ ਗੁਰੂ ਤੋਂ ਦਿਨ ਵਿੱਚ ਹਜ਼ਾਰਾਂ ਵਾਰ ਸੌ ਵਾਰ ਵੀ ਕੁਰਬਾਨ ਹੋਈਏ ਬਲਿਹਾਰ ਜਾਈਏ ਤੇ ਥੋੜਾ ਹੋਵੇਗਾ, ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਮਨੁੱਖਾ ਜਨਮ ਤੂੰ ਦੇਵਤਿਆਂ ਵਾਲੀ ਸੁਰਤੀ ਦਿੱਤੀ, ਭਾਵ ਇਹ ਮਨੁੱਖਾ ਜਨਮ ਹੋਰ ਸੁਚੱਜਾ ਬਣਾ ਦਿੱਤਾ ਸਤਿਗੁਰੂ ਜੀ ਨੇ ਆਪਣੀ ਸੁਮਤ ਦੇ ਕੇ। ਸੁਸ਼ਾਸਨ ਬਹੁਤਾ ਸਮਾਂ ਮੈਂ ਨਾ ਲਵਾਂ, ਸਾਡੇ ਪਾਸ ਸਤਿਕਾਰਯੋਗ ਸਿੱਖ ਚੈਨਲ ਵਾਲੇ ਗੁਰੂ ਦੇ ਪਿਆਰੇ ਆਏ ਹੋਏ ਹਨ ਆਪ ਸਭ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ। ਸਭ ਤੋਂ ਪਹਿਲਾਂ ਆਪ ਸਭ ਸੰਗਤਾਂ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ, ਗਿਆਨਾਂ ਦੀ ਸੰਗਤ ਵੱਲੋਂ ਉਹਨਾਂ ਨੂੰ ਜੀ ਆਇਆ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਆਪ ਸਭ ਸੰਗਤਾਂ ਦੇ ਦਰਸ਼ਨ ਕਰ ਰਹੇ ਹਨ।
ਆਪ ਸਭ ਸੰਗਤਾਂ ਦੇ ਦਰਸ਼ਨ ਕੁਝ ਸਮਾਂ ਸਨਮੁਖ ਹੋ ਕੇ ਕੁਝ ਵਿਚਾਰਾਂ ਰਾਹੀਂ ਆਪ ਜੀ ਦੇ ਦਰਸ਼ਨ ਕਰਨਗੇ, ਐਸਾ ਹੁਕਮ ਹੋਇਆ ਹੈ। ਸੋ ਮੈਂ ਇੱਥੇ ਹੀ ਕੀਰਤਨ ਨੂੰ ਵਿਰਾਮ ਦੇਣਾ ਹਾਂ ਤੇ ਗੁਰੂ ਦੇ ਪਿਆਰੇ ਸਿੰਘ ਸਾਹਿਬ ਹੋਰਾਂ ਨੂੰ ਬੇਨਤੀ ਕਰਦੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਇੱਕ ਸ਼ਬਦ ਪੜ੍ਹ ਕੇ ਸਮਾਪਤੀ ਕਰ ਦੇਵਾਂਗੇ, ਕਿਉਂਕਿ ਇਹਨਾਂ ਨੇ ਬਾਈ ਵਾਲੇ ਗੁਰਦੁਆਰਾ ਸਾਹਿਬ ਵੀ ਜਾਣਾ ਹੈ, ਇਸ ਕਰਕੇ ਟਾਈਮ ਦੀ ਥੋੜੀ ਸ਼ਾਰਟੇਜ ਹੈ। ਸੋ ਆਪ ਸਭ ਸੰਗਤਾਂ ਦੇ ਸਨਮੁਖ ਹੋਣਗੇ, ਪਿਆਰ ਨਾਲ ਵਿਚਾਰ ਸਰਵਣ ਕਰੋ ਜੀ ਤੇ ਫਤਿਹ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ, ਆਓ ਇੱਕ ਵਾਰੀ ਫਿਰ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਨੂੰ ਬੁਲੰਦ ਕਰੀਏ, ਪਿਆਰ ਅਤੇ ਨਿਮਰਤਾ ਸਹਿਤ ਗੱਜ ਵੱਜ ਕੇ ਕਹਿ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਆਪ ਸੰਗਤਾਂ ਦੇ ਇਸ ਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ, ਬਹੁਤ ਹੀ ਖੁਸ਼ੀ ਹੋਈ। ਸਾਡੇ ਨਾਨਕ ਸਾਧ ਸੰਗਤ ਜਿੱਥੇ ਵੀ ਦੇਸਾਂ ਪ੍ਰਦੇਸਾਂ ਵਿੱਚ ਜਾ ਕੇ ਬੈਠਦੇ ਹਨ, ਆਪਣੇ ਇਸ਼ਟ ਨੂੰ ਆਪਣੇ ਗੁਰੂ ਨੂੰ ਪਹਿਲਾਂ ਮੁੱਖ ਰੱਖ ਕੇ ਫਿਰ ਗਿਰਤ ਕਮਾਈਆਂ ਦੀ ਵਾਸਤੇ ਉਪਰਾਲੇ ਕਰਦੇ ਹਨ। ਇਸ ਦੀ ਆਪ ਸਾਰੀਆਂ ਸੰਗਤਾਂ ਨੂੰ ਦਾਸ ਵਧਾਈ ਦਿੰਦਾ ਹਾਂ। ਸਾਧ ਸਿੰਘ ਜੀ, ਆਪ ਜੀ ਬਹੁਤ ਹੀ ਵੱਡੇ ਭਾਗਾਂ ਵਾਲੇ ਹੋ, ਕਿਉਂਕਿ ਆਪ ਜੀਆਂ ਨੇ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਨੇ ਬਹੁਤ ਹੀ ਰਸਪਿਨੀ ਕੀਰਤਨ ਰਾਹੀਂ ਤਿੰਨ ਸ਼ਬਦਾਂ ਦੀ ਕੀਰਤਨ ਰਾਹੀਂ ਸੇਵਾ ਕੀਤੀ ਹੈ। ਪਹਿਲਾ ਸ਼ਬਦ ਹੌਂਡ ਰੈਡੀ ਸੱਜਣਾ, ਇਸੇ ਤਰ੍ਹਾਂ ਹੀ ਭਗਤ ਫਰੀਦ ਸਾਹਿਬ ਜੀ ਦਾ ਸ਼ਬਦ ਚਲਾਂ ਤਾਂ ਭਿੱਜੇ ਕੰਬਲੀ, ਔਰ ਤੀਸਰਾ ਸ਼ਬਦ ਆਪਾਂ ਨੂੰ ਭਾਈ ਸਾਹਿਬ ਜੀ ਹੋਣਾ ਨੇ ਦਰਸ਼ਨ ਦੇਖ ਦੇਖ ਜੀਵਾਂ। ਤਿੰਨੋ ਹੀ ਸ਼ਬਦ ਜਿਸ ਲਹਿਜੇ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ, ਖੂਬਸੂਰ ਭਾਈ ਸਾਹਿਬ ਜੀ ਨੇ ਨਕਸ਼ਾ ਆਪਣੇ ਪਰਾਗਮਈ ਸ਼ਬਦ ਰਾਹੀਂ ਸੰਗਤਾਂ ਵਿੱਚ ਪੇਸ਼ ਕੀਤਾ ਹੈ। ਜੀ ਨਹੀਂ ਸੀ ਕਰਦਾ ਇਹਨਾਂ ਦੇ ਸ਼ਬਦ ਨੂੰ ਨਾ ਸੁਣਨ ਵਾਸਤੇ ਹਟਾਉਣ ਵਾਸਤੇ, ਪਰ ਸੰਤਾਂ ਵੱਲੋਂ ਪ੍ਰਬੰਧ ਵੱਲੋਂ ਗੁਰਦੁਆਰੇ ਦੇ ਸਾਰੀ ਹੀ ਪ੍ਰਬੰਧ ਕਮੇਟੀ ਸਰਦਾਰਯੋਗ ਪ੍ਰਧਾਨ ਸਾਹਿਬ ਭਾਈ ਨਰਿੰਦਰ ਸਿੰਘ ਜੀ ਅਤੇ ਹੋਰ ਸਾਰੇ ਹੀ ਪ੍ਰਬੰਧਕ ਸੇਵਾ ਦਾ ਸੰਤਾਂ ਸਾਡੇ ਵੀਰ ਸਰਦਾਰਯੋਗ ਪ੍ਰੇਮ ਸਿੰਘ, ਜਿੰਦਰ ਸਿੰਘ, ਜਸਵੀਰ ਸਿੰਘ, ਸਾਰੇ ਕਿਰਤਨ ਦਾਸ ਨਾਂ ਸਾਰਿਆਂ ਦਾ ਵੀ ਜਾਣਦਾ, ਬਹੁਤ ਹੀ ਕੱਲ ਦਾ ਜਾਦਾ ਦਾਸ ਇਸ ਧਰਤੀ ਤੇ ਆਇਆ ਹਾਂ। ਸੋ ਬੜਾ ਪਿਆਰ ਦਿੱਤਾ ਹੈ ਸਭ ਸੰਗੀ ਮੈਂ ਗੱਲ ਕਰ ਰਿਹਾ ਸੀ, ਜਿਸ ਸੰਗਤ ਦੇ ਕੋਲ ਇਹੋ ਜਿਹਾ ਵਜ਼ੀਰ ਹੋਵਣ ਕੀਰਤਨੀ ਜਥਾ ਹੋਵੇ ਤੇ ਉੱਥੇ ਜੀ ਕਰਦਾ ਹੈ ਬੈਠ ਕੇ ਸਤਿਗੁਰ ਦੇ ਬਚਨ ਸਾਰਨ ਕਰਦਾ। ਸੋ ਮੈਂ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਜੀ ਦਾ, ਦਾਸ ਇੰਗਲੈਂਡ ਦੀ ਧਰਤੀ ਤੋਂ
ਪਿਛਲੇ 2 ਸਾਲ ਤੋਂ ਇੱਕ ਸੈਕਸ ਚੈਨਲ ਜੋ ਮੀਡੀਆ ਪੰਜਾਬੀਆਂ ਦੇ ਰੂਪ ਵਿੱਚ ਆਪ ਜੀ ਦੇ ਸਾਹਮਣੇ ਆਇਆ ਸੀ ਉਸ ਦਾ ਇੱਕ ਮੈਂਬਰ ਹੋਣ ਦੇ ਨਾਤੇ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਹਾਂ ਭਾਵੇਂ ਮਨ ਵਿੱਚ ਬਹੁਤ ਕਰਦੀ ਆਸ ਸੀ ਵਾਰੀ ਵਾਰੀ ਜੋਪੀਆਂ ਸਾਰੀਆਂ ਹੀ ਦੇਸ਼ਾਂ ਵਿੱਚ ਜਾ ਕੇ ਸਾਰੀਆਂ ਸੰਗਤਾਂ ਦੇ ਦਰਸ਼ਨ ਕਰਨ ਹੁੰਦਾ ਪਰ ਕਿਉਂਕਿ ਸਮਾਂ ਬਹੁਤ ਘੱਟ ਮਿਲਦਾ ਹੈ ਉੱਥੋਂ ਨਿਕਲਣ ਵਾਸਤੇ ਸੋ ਦੋ ਤਕਰੀਬਨ 2 ਸਾਲ ਬਾਅਦ ਇੱਥੋਂ ਵੀ ਜਿਵੇਂ ਸਮਾਂ ਪ੍ਰਾਪਤ ਹੋਇਆ ਹੈ ਸੋ ਬੜੀ ਹੀ ਖੁਸ਼ੀ ਹੋਈ ਹੈ ਤੁਹਾਡੇ ਪਿਆਰ ਨੂੰ ਦੇਖ ਕੇ ਕੁਛ ਸਮਾਂ ਪਹਿਲਾਂ ਕਾਫੀ ਸਾਲਾਂ ਪਹਿਲਾਂ ਸਾਨੂੰ 83 ਤੋਂ ਬਾਅਦ ਕਿਉਂਕਿ ਹਾਲਾਤ ਇਹੋ ਜਿਹੇ ਹੋ ਗਏ ਸਨ ਔਰ ਅੱਜ ਵੀ ਹਨ ਇਹ ਨਹੀਂ ਹੈ ਵੀ ਅੱਜ ਹਾਲਾਤ ਸੁਧਰ ਗਏ ਹਨ ਸਨ 47 ਤੋਂ ਲੈ ਕੇ ਹੀ ਜੋ ਸਿੱਖ ਕੌਮ ਹੈ ਉਸ ਨੂੰ ਸਾਡੀਆਂ ਤੇ ਬੰਗਾਲੀਆਂ ਸਰਕਾਰਾਂ ਨੇ ਕਿਵੇਂ ਜਲੀਲ ਕੀਤਾ ਹੋਇਆ ਹੈ ਦੁਨੀਆਂ ਦੀ ਜੇ ਦੇਖਿਆ ਜਾਵੇ ਸਭ ਤੋਂ ਛੋਟੀ ਕੌਮ ਜੋ ਸਿੱਖ ਕੌਮ ਹੈ ਪਰ ਜੋ ਸਿੱਖ ਕੌਮ ਦੇ ਕੋਲ ਅਨਮੋਲ ਖਜ਼ਾਨਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਸਾਰੀ ਹੀ ਦੁਨੀਆਂ ਤੋਂ ਵੱਡਾ ਖਜ਼ਾਨਾ ਹੈ ਕਿਉਂਕਿ ਆਪਾਂ ਹੁਣੇ ਹੁਣੇ ਸ਼ਬਦ ਵਿੱਚ ਵੀ ਇਹ ਵਿਚਾਰ ਸੁਣੀ ਹੈ ਕਾਸ਼ ਕਿਤੇ ਇਹ ਸਾਨੂੰ ਛੋਟੀ ਕੌਮ ਨੂੰ ਐਡੇ ਵੱਡੇ ਖਜ਼ਾਨੇ ਦੀ ਸਮਝ ਪੈ ਜਾਂਦੀ ਜੋ ਅੱਜ ਤੱਕ ਵੀ ਅਸੀਂ ਇਸ ਖਜ਼ਾਨੇ ਤੋਂ ਵਾਂਝੇ ਹਾਂ ਅਸੀਂ ਸਿਰਫ ਤੇ ਸਿਰਫ ਜਿਵੇਂ ਭਾਈ ਸਾਹਿਬ ਜੀ ਹੋਰਾਂ ਨੇ ਸ਼ਬਦ ਵਿੱਚ ਵੀ ਵਿਆਖਿਆ ਕੀਤੀ ਹੈ ਇਸ ਨੂੰ ਮੰਨਣਾ ਅਸੀਂ ਸ਼ਬਦ ਰੂਪ ਨੂੰ ਅੰਦਰ ਗ੍ਰਹਿਣ ਕਰਕੇ ਹੈ ਨਾ ਕਿ ਇੱਕ ਵਿਖਾਵੇ ਦੇ ਤੌਰ ਤੇ ਜਿਵੇਂ ਆਪਾਂ ਹਰ ਰੋਜ਼ ਕਰਦੇ ਹੀ ਹਾਂ ਸਤਸੰਗ ਜੀ ਸਾਡੇ ਕੋਲ ਸਿੱਖ ਕੌਮ ਕੋਲ ਬਹੁਤ ਪ੍ਰਚਾਰਕ ਹਨ ਬਹੁਤ ਪ੍ਰਚਾਰਕ ਹਨ ਬਹੁਤ ਕੀਰਤਨੀਏ ਹਨ ਬਹੁਤ ਢਾਡੀ ਰਾਗੀ ਹਨ ਅਸੀਂ ਇਸ ਪ੍ਰਚਾਰ ਨੂੰ ਸਿਰਫ ਤੇ ਸਿਰਫ ਚਾਰ ਦੁਆਰੀ ਦੇ ਅੰਦਰ ਹੀ ਰੱਖ ਕੇ ਬੈਠੇ ਹਾਂ ਇਸ ਸਿੱਖੀ ਦੇ ਪ੍ਰਚਾਰ ਨੂੰ ਗੁਰਬਾਣੀ ਦੇ ਪ੍ਰਚਾਰ ਨੂੰ ਅਸੀਂ ਆਪਣੀ ਹੀ ਕੌਮ ਤੱਕ ਵੀ ਨਹੀਂ ਪਹੁੰਚਾ ਸਕੇ ਸਨ 1978 ਵਿੱਚ ਤੋਂ ਲੈ ਕੇ ਜੋ ਗ੍ਰੰਥਕਾਰੀ ਕਾਂਡ ਹੋਇਆ ਸੀ ਉਸ ਤੋਂ ਬਾਅਦ ਸੰਤ ਬਾਬਾ ਜਰਨੈਲ ਸਿੰਘ ਵੀ ਕਿਹਾ ਕਰਦੇ ਸਨ ਆਪਣੀ ਪੰਜਾਬ ਦੀ ਸਰਕਾਰ ਨੂੰ ਹਿੰਦੁਸਤਾਨ ਦੀ ਸਰਕਾਰ ਨੂੰ ਜੇ 93 ਸਦੀ ਕੁਰਬਾਨੀਆਂ ਹਿੰਦੁਸਤਾਨ ਨੂੰ ਯਾਦ ਕਰਾਉਣ ਦੀਆਂ ਤੁਸਾਂ ਸਿੱਖਾਂ ਨੇ ਕੀਤੀਆਂ ਹਨ ਤੇ ਇਸ ਦਾ ਜੋ ਮੁੱਲ ਹੈ ਉਹ ਲੈ ਕੇ ਹਿੰਦੂ ਸਰਕਾਰ ਹੀ ਬੈਠੀ ਹੈ ਸਿੱਖਾਂ ਨੂੰ ਕੋਈ ਵੀ ਆਪਣੇ ਅਧਿਕਾਰ ਨਹੀਂ ਦਿੱਤੇ ਜਾ ਰਹੇ ਮੰਗ ਸੀ ਉਹਨਾਂ ਸਮਿਆਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਪ੍ਰਵਾਹ ਚਲਾਉਣਾ ਪਾਣੀਆਂ ਦੀਆਂ ਮੰਗਾਂ ਅਨੰਦਪੁਰ ਦਾ ਮਤਾ ਇਹ ਕੋਈ ਬਹੁਤ ਵੱਡੀਆਂ ਗੱਲਾਂ ਨਹੀਂ ਸਨ ਇਸ ਤੋਂ ਵੱਧ ਵੀ ਸਾਡੇ ਹੱਕ ਬਣਦੇ ਸਨ ਪਰ ਸੰਤਾਂ ਮਹਾਂਪੁਰਖਾਂ ਨੇ ਬੜੇ ਪਿਆਰ ਨਾਲ ਪ੍ਰਚਾਰ ਕੀਤਾ ਪਰ ਉਹ ਪ੍ਰਚਾਰ ਸਾਡੀਆਂ ਸਰਕਾਰਾਂ ਨੂੰ ਨਹੀਂ ਪਾਇਆ ਉਹ ਆਪਾਂ ਸਾਰੇ ਜਾਣਦੇ ਹਾਂ ਕਿਵੇਂ ਇਹ ਪਲੈਨ ਬਣਾ ਕੇ ਉਹ ਸਾਰੇ ਹੀ ਸਿੱਖ ਕੌਮ ਨੂੰ ਕਸਿਆਰੇ ਬਣਾਉਣ ਦਾ
ਜੋ ਅੱਜ ਤੱਕ ਅਸੀਂ ਭੁਗਤ ਰਹੇ ਹਾਂ। ਉਹਨਾਂ ਸਮਿਆਂ ਵਿੱਚ ਸੰਤ ਮਹਾਂਪੁਰ ਕਹਿੰਦੇ ਹੁੰਦੇ ਸਨ, ਕਾਸ਼ ਇੱਕ ਦਿਨ ਆਵੇਗਾ ਜਿਸ ਦਿਨ ਸਿੱਖ ਦਾ ਕੋਈ ਆਪਣਾ ਮੀਡੀਆ ਹੋਊ, ਉਸ ਦਿਨ ਇਹ ਆਵਾਜ਼ ਸਾਰੀ ਦੁਨੀਆਂ ਵਿੱਚ ਪਹੁੰਚਾਈ ਜਾਵੇਗੀ। ਸੋ ਮੈਂ ਇਹ ਤਾਂ ਨਹੀਂ ਕਹਿ ਸਕਦਾ ਅੱਜ ਮੀਡੀਆ ਜੋ ਹੈ ਉਸ ਵਿੱਚ ਉਸ ਨੂੰ ਚਲਾਉਣ ਵਾਲਿਆਂ ਦਾ ਉਹ ਦੂਰਦੇਸ਼ੀ ਹੈ ਜੋ ਮਹਾਂਪੁਰਖਾਂ ਵਿੱਚ ਸੀ, ਪਰ ਇੰਗਲੈਂਡ ਦੀ ਧਰਤੀ ਤੋਂ ਸਭ ਤੋਂ ਪਹਿਲਾਂ ਜੋ ਸਿੱਖ ਚੈਨਲ ਦੀ ਸਥਾਪਨਾ ਹੋਈ ਹੈ, ਇੰਗਲੈਂਡ ਦਾ ਜੰਮਪਲ ਨੌਜਵਾਨ ਜਿਸ ਨੇ ਸੋਚ ਸੋਚੀ, ਇੰਨੇ ਚਿਰ ਤੋਂ ਸਿੱਖਾਂ ਦਾ ਕੋਈ ਮੀਡੀਆ ਨਹੀਂ ਸਾਹਮਣੇ ਆਇਆ, ਕਿਉਂ ਨਾ ਹੋਵੇ, ਕਿਉਂਕਿ ਉਸ ਦੇ ਕੋਲ ਆਪਣਾ ਕਾਰੋਬਾਰ ਠੀਕ ਸੀ, ਸਤਿਗੁਰ ਨੇ ਬਖਸ਼ਿਸ਼ ਕੀਤੀ ਸੀ, ਉਸਨੇ ਆਪਣੀ ਦਸਾਂ ਨੂੰ ਦੀ ਕਿਰਤ ਵਿੱਚੋਂ ਸਾਰੀ ਦੀ ਸਾਰੀ ਪੂੰਜੀ ਲਾ ਕੇ ਜੋ ਲਗਭਗ 18 ਲੱਖ ਜਾਂ 2 ਮਿਲੀਅਨ ਪਾਉਣ ਲਈ ਲਾ ਕੇ ਇੱਕ ਸਿੱਖ ਚੈਨਲ ਦੀ ਸਥਾਪਨਾ ਕੀਤੀ, ਜੋ ਉਸ ਚੈਨਲ ਤੋਂ ਜਿੱਥੇ ਗੁਰਬਾਣੀ ਦਾ ਪ੍ਰਵਾਹ ਚਲਾਇਆ, ਕੀਰਤਨ ਦਾ, ਕਥਾ ਦਾ, ਨਾਲ ਦੀ ਨਾਲ ਸਿੱਖਾਂ ਦੀਆਂ ਜੋ ਸਮੱਸਿਆਵਾਂ ਸਾਲ 1947 ਤੋਂ ਲੈ ਕੇ ਅੱਜ ਤੱਕ ਹੋ ਰਹੀਆਂ ਹਨ ਉਹਨਾਂ ਨੂੰ ਹਾਈਲਾਈਟ ਕੀਤਾ ਜਾ ਰਿਹਾ ਹੈ। ਆਏ ਦਿਨ ਸਿੱਖਾਂ ਉੱਤੇ ਕੋਈ ਨਾ ਕੋਈ ਵਿਵਸਥਾ ਸਾਡੀ ਆਪਣੀ ਸਰਕਾਰ ਵੱਲੋਂ, ਚਾਹੇ ਉਹ ਪੰਜਾਬ ਦੀ ਹੋਵੇ, ਚਾਹੇ ਉਹ ਹਿੰਦੁਸਤਾਨ ਦੀ ਸੈਂਟਰ ਦੀ ਹੋਵੇ, ਚਾਹੇ ਜਿੱਥੇ ਜਿੱਥੇ ਆਪਾਂ ਬੈਠੇ ਹਾਂ ਵਿਦੇਸ਼ਾਂ ਵਿੱਚ ਹੋਵੇ, ਉਹ ਆਈ ਰਹਿੰਦੀ ਹੈ। ਇਸ ਦੇ ਕਈ ਕਾਰਨ ਇਹ ਵੀ ਹਨ, ਜਿਸ ਦਾ ਆਪਣਾ ਘਰ ਨਾ ਹੋਵੇ ਉਹਨੂੰ ਕੋਈ ਵੀ ਦਰਕਾਰ ਸਕਦਾ ਹੈ, ਕਿਸੇ ਵੇਲੇ ਵਿਆਹਵਾਂ ਦੇ ਦਿੰਦਾ ਹੈ। ਇਹੀ ਕਾਰਨ ਹੈ ਸਨ 1947 ਵਿੱਚ ਸਾਡੇ ਲੀਡਰਾਂ ਨੇ ਜੋ ਆਪਣੀ ਗਲਤੀ ਕੀਤੀ ਉਸ ਦਾ ਬਜਾਨਾ ਸਾਡੀਆਂ ਕਈ ਪੀੜ੍ਹੀਆਂ ਭੁਗਤ ਚੁੱਕੀਆਂ ਹਨ। ਸਤਿਗੁਰ ਕਦੇ ਬਖਸ਼ਿਸ਼ ਕਰਨਗੇ ਸਾਨੂੰ ਆਪਣਾ, ਜੋ ਸਾਡਾ ਆਪਣਾ ਰਾਜ ਸੀ, ਜੋ ਸਾਡਾ ਆਪਣਾ ਰਾਜ ਭਾਗ ਸੀ, ਉਹ ਸਾਨੂੰ ਕਿਤੇ ਜ਼ਰੂਰ ਪ੍ਰਾਪਤ ਹੋਵੇਗਾ। ਪਰ ਕਿਉਂਕਿ ਅਸੀਂ ਕੋਈ ਮੰਗਤੇ ਨਹੀਂ ਹਾਂ, ਅਸੀਂ ਕੋਈ ਮੰਗ ਨਹੀਂ ਰਹੇ ਹਾਂ, ਸਾਡਾ ਰਾਜ 300 ਸਾਲ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਫਤਿਹ ਕਰਕੇ ਖਾਲਸੇ ਰਾਜ ਦਾ ਝੰਡਾ ਲਹਿਰਾਇਆ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਸਿੱਖਾਂ ਦਾ ਰਾਜ, 40 ਸਾਲ ਸਿੱਖਾਂ ਦੇ ਰਾਜ ਵਿੱਚ ਕਿਸੇ ਵੀ ਕੌਮ ਨੂੰ ਜਿਹੜੀ ਵੀ ਉਸ ਰਾਜ ਵਿੱਚ ਸੀ ਬਰਾਬਰ ਦਾ ਹੱਕ ਦਿੱਤਾ। ਉਹ ਰਾਜ ਸਾਡਾ ਆਪਣਾ ਸੀ, ਉਸਦਾ ਸਾਡਾ ਹੱਕ ਸੀ, ਪਰ ਸਾਡੇ ਆਪਣੀਆਂ ਹੀ ਲੀਡਰਾਂ ਤੋਂ ਇਹ ਗਲਤੀਆਂ ਦੇ ਕਾਰਨ ਅਸੀਂ ਘਸਿਆਰੇ ਹਾਂ। ਕਾਸ਼ ਉਹ ਸਾਡੇ ਕੋਲ ਰਾਜ ਆਪਣਾ ਹੁੰਦਾ, ਜਿਵੇਂ ਸਾਡੀ ਅੱਜ ਦਸਤਾਰ ਸਾਡੇ ਕਕਾਰਾਂ ਤੇ ਥਾਂ ਥਾਂ ਜਾ ਕੇ ਸਾਡੇ ਨਾਲ ਇਹ ਬਸ ਸਲੂਕੀਆਂ ਹੋ ਰਹੀਆਂ ਹਨ, ਉਹ ਨਹੀਂ ਸੀ ਹੋਣੀਆਂ। ਭਾਵੇਂ ਹਿੰਦੁਸਤਾਨ ਦੀ ਸਰਕਾਰ ਵਿੱਚ ਅੱਜ ਸਾਡਾ ਆਪਣਾ ਹੀ ਕੇਸਾਧਾਰੀ ਪ੍ਰਾਈਮ ਮਿਨਿਸਟਰ ਹੈ, ਪਰ ਉਸਨੇ ਬੁੱਲਾਂ ਵਿੱਚ ਕੋਈ ਆਵਾਜ਼ ਨਹੀਂ ਹੈ ਕਿ ਸਿੱਖਾਂ ਦੀ ਦਸਤਾਰ ਜਿਹੜੀ ਹੈ ਇਸਦਾ ਇਸਦਾ ਕੀ ਅਰਥ ਹੈ, ਉਹ ਅਜੇ ਤੱਕ ਆਪਣੀ ਦਸਤਾਰ ਦੀ ਆਵਾਜ਼ ਵੀ ਨਹੀਂ ਉਠਾ ਸਕਿਆ। ਬਾਕੀ 4 ਕਕਾਰ ਤਾਂ ਉਸਨੇ ਕੀ ਦੱਸਣੇ ਸਨ। ਸੋ ਇਹੀ ਮਨ ਭਾਗੀ ਜਿਹੜੀਆਂ ਗੱਲਾਂ ਹਨ ਇਹਨੂੰ ਸਿੱਖ ਕੌਮ ਤਦ ਤੱਕ ਬਰਦਾਸ਼ਤ ਕਰ ਸਕਦੀ ਹੈ। ਸੋ ਮੈਂ ਬਹੁਤਾ ਸਮਾਂ ਨਾ ਲਵਾਂ, ਮੈਂ ਆਪ ਦੀਆਂ ਪਾਸ ਸਿੱਖ ਚੈਨਲ ਦੀ ਸਾਰੀ ਟੀਮ ਵੱਲੋਂ ਇਸ ਕਰਕੇ ਆਇਆ ਹਾਂ, ਸਿੱਖ ਚੈਨਲ ਦੇ ਆਪ ਜੀ ਸਾਰੇ ਸਹਿਯੋਗ ਦਿਓ, ਜਾਣੇ ਅਣਜਾਣਿਆਂ ਵਿੱਚ
ਕਿਉਂਕਿ ਅਸੀਂ ਸਿੱਖ ਚੈਨਲ ਦੀ ਜੋ ਵੀ ਟੀਮ ਆ ਉੱਤੇ ਜਾਂ ਜਿਹੜੇ ਪ੍ਰਜੈਂਟਰ ਵਰਕਰ ਸੇਵਾ ਕਰਦੇ ਹਨ ਕੋਈ ਇੰਨਾ ਵੱਡਾ ਐਕਸਪੀਰੀਅੰਸ ਮੁਹਾਵਰਾ ਨਹੀਂ ਰੱਖਦੇ ਅਣਜਾਣ ਪੁਣੇ ਵਿੱਚ ਹੀ ਜਿਹਨੇ ਸੇਵਾ ਚੱਲਦੀ ਹੈ ਚਲਾ ਰਹੇ ਹਾਂ ਉਸ ਵਿੱਚ ਬਹੁਤ ਗਲਤੀਆਂ ਹੁੰਦੀਆਂ ਹਨ ਇਹ ਨਹੀਂ ਹੈ ਕਿ ਜੋ ਕੁਛ ਅਸੀਂ ਉੱਥੇ ਕਰ ਰਹੇ ਹਾਂ ਉਹ ਸਾਰਾ ਪਰਫੈਕਟ ਹੈ ਕਿਉਂਕਿ ਤੁਹਾਡੇ ਵਿੱਚ ਇੰਨੇ ਸੂਝਵਾਨ ਨੌਜਵਾਨ ਵੀਰ ਭੈਣਾਂ ਬੈਠੇ ਹੋਣਗੇ ਜਿਹੜੇ ਕਈ ਚੰਗੇ ਸੁਝਾਅ ਦੇ ਸਕਦੇ ਹਨ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਦੇ ਵੀ ਕੋਈ ਵੀ ਝਿਜਕਿਆ ਨਾ ਕਰੋ ਆਪਣੇ ਸ਼ੁਭ ਵਿਚਾਰ ਕਿਸੇ ਜ਼ਰੀਏ ਤੁਸੀਂ ਜ਼ਰੂਰ ਉੱਥੇ ਪ੍ਰਗਟ ਕਰ ਸਕਦੇ ਹਾਂ ਅੱਜ ਸਾਧ ਸੰਗਤ ਜੀ ਮੀਡੀਆ ਦਾ ਯੁੱਗ ਹੈ ਦੁਨੀਆ ਬਹੁਤ ਛੋਟੀ ਹੋ ਚੁੱਕੀ ਹੈ ਸਿੱਖ ਚੈਨਲ ਦਾ ਇੱਕੋ ਉਪਰਾਲਾ ਹੈ ਸਾਰੇ ਦੇਸ਼ਾਂ ਵਿੱਚ ਯੂਰਪ ਦੇ ਦੇਸ਼ਾਂ ਵਿੱਚ ਕੈਨੇਡਾ ਅਮੈਰੀਕਾ ਵਿੱਚ ਜਾ ਕੇ ਵੀ ਇਸ ਜਿਵੇਂ ਹੋਰ ਕੌਮਾਂ ਦੀਆਂ ਕੰਟਰੀਆਂ ਦੀਆਂ ਆਪੋ ਵਿੱਚ ਤਾਲਮੇਲ ਦੇ ਨਾਲ ਦੁਨੀਆ ਛੋਟੀ ਬਣਾਈ ਹੈ ਇਸੇ ਤਰ੍ਹਾਂ ਹੀ ਸਾਡਾ ਛੋਟਾ ਪਰਿਵਾਰ ਸਿੱਖ ਪਰਿਵਾਰ ਉਸ ਨੂੰ ਵੀ ਅੱਜ ਲੋੜ ਹੈ ਸਾਰਿਆਂ ਨੂੰ ਜ਼ਿਲ੍ਹੇ ਛਿਪਕੇ ਭਰਵਾ ਕੇ ਇੱਕੋ ਇੱਕ ਨਿਸ਼ਾਨ ਸਾਹਿਬ ਦੇ ਤਲੇ ਇਕੱਠੇ ਹੋ ਕੇ ਸਿੱਖਾਂ ਦੀ ਆਵਾਜ਼ ਜਿੱਥੇ ਜਿੱਥੇ ਵੀ ਹੁੰਦੀ ਹੈ ਜਿਸ ਜਿਸ ਦੇਸ਼ ਵਿੱਚ ਵੀ ਹੋਵੇ ਉੱਥੋਂ ਦੇ ਕਾਨੂੰਨ ਦੇ ਮੁਤਾਬਕ ਕਾਨੂੰਨ ਦੀ ਪਾਲਣਾ ਕਰਦੇ ਹੋਏ ਆਪਾਂ ਆਪਣੇ ਹੱਕ ਮੰਗ ਸਕੀਏ ਸੋ ਸਾਧ ਸੰਗਤ ਜੀ ਆਪਣੇ ਸੁਝਾਅ ਦਿਆ ਕਰੋ ਤੁਸੀਂ ਕੋਈ ਵੀ ਨੌਜਵਾਨ ਪੜ੍ਹੇ ਲਿਖੇ ਅਗਰ ਇੰਗਲੈਂਡ ਦੀ ਧਰਤੀ ਤੇ ਆਵੋ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ ਕਿ ਸਿੱਖ ਚੈਨਲ ਤੇ ਆਣ ਕੇ ਉੱਥੇ ਕੋਈ ਕੰਮ ਸਿੱਖ ਕੇ ਜਿਹੜਾ ਥੋੜਾ ਬਹੁਤਾ ਵੀ ਮੁਹਾਵਰਾ ਰੱਖਦਾ ਹੋਵੇ ਉਹਨਾਂ ਨੂੰ ਤਨਖਾਹ ਦਿੱਤੀ ਜਾਵੇਗੀ ਔਰ ਕੰਮ ਵੀ ਸਿਖਾਇਆ ਜਾਵੇਗਾ ਮੈਂ ਆਪਦੀਆਂ ਨੂੰ ਦੱਸ ਦੇਵਾਂ ਯੂਰਪ ਦੀਆਂ ਕੰਟਰੀ ਵਿੱਚੋਂ ਇੱਥੋਂ ਦੇ ਨੌਜਵਾਨ ਜੋ ਗੋਰੇ ਹਨ ਲੜਕੇ ਤੇ ਲੜਕੀਆਂ ਉਹ ਸੈਂਕੜਿਆਂ ਦੀ ਗਿਣਤੀ ਵਿੱਚ 2 ਸਾਲ ਦੇ ਪੀਰੀਅਡ ਵਿੱਚ ਯੂਨੀਵਰਸਿਟੀਆਂ ਵਿੱਚ ਪੜ੍ਹਾਈ ਕਰ ਜਾਂਦੇ ਹਨ ਅਤੇ ਪਾਰਟ ਟਾਈਮ ਸਿੱਖ ਚੈਨਲ ਵਿੱਚ ਕੰਮ ਕਰਦੇ ਹਨ ਸੋ ਉਹਨਾਂ ਨੂੰ ਤਨਖਾਹ ਵੀ ਕੋਈ ਨਹੀਂ ਦਿੰਦੇ ਮਗਰ ਉਹਨਾਂ ਨੂੰ ਇਸ ਨੌਜਵਾਨ ਨੇ ਅਕੋਮੋਡੇਸ਼ਨ ਜਿਹੜੀ ਹੈ ਰਹਿਣ ਵਾਸਤੇ ਉਹ ਘਰ ਕਿਤੇ ਨਾ ਕਿਤੇ ਲੈ ਕੇ ਦੇ ਦਿੰਦਾ ਹੈ ਉਸਦਾ ਕਿਰਾਇਆ ਦਿੰਦਾ ਹੈ ਉਹ ਉੱਥੇ 2-4 ਮਹੀਨੇ ਦਾ ਜਿੰਨਾ ਵੀ ਉਹਨਾਂ ਦਾ ਟਾਈਮ ਹੁੰਦਾ ਹੈ ਉਸ ਵਿੱਚ ਐਕਸਪੀਰੀਅੰਸ ਲੈ ਕੇ ਜਿਵੇਂ ਨਿਊਜ਼ ਆਫ BBC ਵਰਲਡ ਦਾ ਨਿਊਜ਼ ਚੈਨਲ ਹੈ ਉਹਦੇ ਵਿੱਚ ਵੀ ਕਈ ਨੌਜਵਾਨਾਂ ਨੂੰ ਨੌਕਰੀਆਂ ਮਿਲੀਆਂ ਹਨ ਕਿਉਂਕਿ ਐਕਸਪੀਰੀਅੰਸ ਲੈ ਕੇ ਉੱਥੋਂ ਦੀਆਂ ਡਿਗਰੀਆਂ ਲੈ ਕੇ ਅਤੇ ਨਾਲ ਦੀ ਨਾਲ ਵਰਕ ਐਕਸਪੀਰੀਅੰਸ ਸਿੱਖ ਚੈਨਲ ਤੋਂ ਲੈ ਕੇ ਮਿਲ ਜਾਂਦਾ ਹੈ ਸੋ ਸਿੱਖ ਚੈਨਲ ਵੱਲੋਂ ਇਹ ਆਪਣੀਆਂ ਨੌਜਵਾਨਾਂ ਨੂੰ ਬੱਚੇ ਬੱਚਿਆਂ ਨੂੰ ਬੇਨਤੀ ਹੈ ਅਗਰ ਕਿਤੇ ਸੈਟਲ ਹੋਣ ਕੇ ਉੱਥੇ ਆਉਣ ਲੈਣ ਦਾ ਮੌਕਾ ਬਣੇ ਨਾ ਕੰਮ ਕਰ ਲੈਣ ਪਰ ਵੀ ਨਾਮ ਦੀ ਸਾਈਟ ਵਿੱਚ ਜੇ ਤੁਸੀਂ ਆਵੋ ਤੁਸੀਂ ਜ਼ਰੂਰ ਉਸ ਸਿੱਖ ਚੈਨਲ ਵਿੱਚ ਆਣ ਕੇ ਵਰਕ ਐਕਸਪੀਰੀਅੰਸ ਕਰਕੇ ਨਾਲ ਦੀ ਨਾਲ ਤੁਹਾਨੂੰ ਤਨਖਾਹ ਵੀ ਮਿਲੇਗੀ ਸੋ ਦਾਸ ਇੱਥੋਂ ਦੇ ਪ੍ਰਬੰਧ ਦਾ ਸੰਗਤਾਂ ਦਾ ਗੁਰੂ ਘਰ ਦੇ ਵਜ਼ੀਰ ਦਾ ਪ੍ਰਧਾਨ ਸਾਹਿਬ ਸਮੁੱਚੀਆਂ ਹੀ ਸਾਰੀਆਂ ਸੰਗਤਾਂ ਦਾ ਬਹੁਤ ਰਿਣੀ ਹਾਂ ਸੋ ਆਪ ਜੀ ਜਿੱਥੇ ਜਿਹੜੇ ਜਿਹੜੇ ਪ੍ਰਕਾਰ ਨਾਲ ਵੀ ਕੋਈ ਵੀ ਸੇਵਾ ਕਰਨੀ ਚਾਹੁੰਦੇ ਹੋ ਜ਼ਰੂਰ ਸਿੱਖ ਚੈਨਲ ਦੇ ਨਾਲ ਤਾਲਮੇਲ ਕਰੋ ਇਸੇ ਤਰ੍ਹਾਂ ਹੀ ਦਾਸ ਅੱਜ ਸ਼ਾਮ ਨੂੰ ਵੀ ਆਪ ਜੀ ਅਗਰ ਕਿਸੇ ਨੇ ਕੋਈ ਆਪਣੀ ਸਲਾਹ ਜਾਂ ਮਸ਼ਵਰਾ ਜਾਂ ਮਿਲਣਾ ਚਾਹੇ ਸੋ ਮੈਂ ਕਿਉਂਕਿ ਮੇਰਾ ਹੁਣ ਥੋੜਾ ਜਿਹਾ ਟਾਈਮ ਅਗਲੇ ਗੁਰਦੁਆਰੇ ਵੱਡੇ ਗੁਰਦੁਆਰਾ ਸਾਹਿਬ ਜੋ ਸੈਂਟਰ ਵਿੱਚ ਹੈ ਬਿਆਨਾ ਵਿੱਚ ਉੱਥੇ ਵੀ ਜਾਣ ਦਾ ਪ੍ਰੋਗਰਾਮ ਹੈ ਸੋ ਜੀ ਤਾਂ ਕਰਦਾ ਹੈ ਭਾਈ ਸਾਹਿਬ ਉਹਨਾਂ ਦੇ ਕੀਰਤਨ ਸਾਨੂੰ ਸੰਗਤਾਂ ਦੇ ਹੋਰ ਦਰਸ਼ਨ ਕਰਨ ਨੂੰ ਬੈਠਣ ਦਾ ਪਰ ਸਮੇਂ ਦੇ ਨਾਲ ਚੱਲਣਾ ਪੈਂਦਾ ਹੈ ਸੋ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੋਈ ਵੀ ਸੁਝਾਓ ਜਾਂ ਕੋਈ ਪ੍ਰਸ਼ਨ ਹੋਵੇ ਸਿੱਖ ਚੈਨਲ ਪ੍ਰਤੀ ਆਪ ਜੀ ਬੇਤੜਕ ਹੋ ਕੇ ਪੁੱਛ ਸਕਦੇ ਹਨ ਉਹਨਾਂ ਜੀ ਕਾਲੀ ਜਿਮਾ ਇੱਥੇ ਹੀ ਫਤਿਹ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਾਂ ਦੱਸੀਆਂ ਹਨ
ਕਿਸੇ ਵੀ ਮੇਰੇ ਵੀਰ ਨੇ ਕੋਈ ਸੁਝਾਅ ਦੇਣਾ ਹੋਵੇ ਉਸ ਚੈਨਲ ਨੂੰ ਆਪਣਾ ਦੇ ਸਕਦਾ ਹੈ। ਕਿਸੇ ਵੀ ਕਿਸਮ ਦਾ ਜਾਂ ਕੋਈ ਕੋਈ ਇਹੋ ਜਿਹੀ ਕੋਈ ਚੀਜ਼ ਹੋਵੇ ਜਿਸ ਦੇ ਨਾਲ ਕਿ ਸਿੱਖ ਚੈਨਲ ਦੇ ਵਿੱਚ ਕੋਈ ਫਾਇਦਾ ਹੋ ਸਕਦਾ ਹੋਵੇ ਉਹ ਵੀ ਦੇ ਸਕਦਾ ਹੈ। ਅਸੀਂ ਦੁਬਾਰਾ ਮੈਂ ਭਾਈ ਸਾਹਿਬ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਔਰ ਅੱਜ ਜੀ ਆਇਆਂ ਨੂੰ ਕਹਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।